ਕਿਹਦਾ ਸਿਹਰਾ ਖਰਾਬ ਕਰਨ ਦੇ ਆ ਇਹ ਕੋਈ ਸ਼ਾਦੀ ਘਰ ਨਹੀਂ ਜਿੱਥੇ ਸਿਹਰੇ ਬੰਨ ਕੇ ਆ ਗਏ ਆ ਹੋਰ ਕਿਹੜਾ ਘਰ ਹੈ ਓਏ ਆਪਣਾ ਘਰਾਂ ਦਾ ਘਰ ਹੈ ਮੈਂ ਪੁੱਤਰ ਕਿਸ ਨਾਲ ਹੈ ਫਿਲਹਾਲ ਤਾਂ ਤੁਰ ਗਿਆ ਹੈ ਸਮਾਨ ਤੇਰੇ ਵਰਗੇ ਲਾੜੇ ਟੁਰ ਗਏ ਆਉਂਦੇ ਨੇ ਹਾਸਾ ਹਾਕੀ ਫੜੀ ਹੁੰਦੀ ਆ ਤੂੰ ਕੌਣ ਹੈ ਯੂਨਾਨ ਦੀ ਦਾਈ मैं ते ब्याह करनी है अब हाँ मेरा दुबई दा लग गया वीजा वीजा मैं लवा लिया ते टिकट चो कुछ पैसे कट दे रे टिकट चो पैसे कट दे ते मैं तुहाडे कोल कोई मंगण नहीं आया हाँ मैं ते अपनी बीवी बेचना है लो भाई ये कुछ तूफानी बगैर अच्छे अरे बुढ़ी की सही है बेगम की गल ले मैं चेक मैं ही करना हूं ना समझिया कर बेटा तू हवावा वाला कुड़ी तो हवा सोनी है फिर की मतलब की करना है ਕੀ ਮਤਲਬ ਮਤਲਬ ਹੈ ਵੇ ਕਿੰਨੇ ਦੀ ਕਿੰਨੇ ਦੀ ਹਾਂ ਕਿਉਂ ਭਾਈ ਨਹੀਂ ਕਿਸੇ ਸਿਆਣੇ ਕੋਲੋਂ ਪੁੱਛ ਲੈਣਾ ਚਾਹੀਦਾ ਜਦੋਂ ਭੇਜਦੀ ਹੈ ਤੇ ਫਿਰ ਪਿੱਛੇ ਨਹੀਂ ਆਈਦਾ ਹੁੰਦਾ ਐ ਜੁਵੇ ਗੱਲ ਕਰਨ ਵਾਲਾ ਐ ਆਪਣਾ ਜਿੰਨੀਆਂ ਮਰਜ਼ੀ ਸਲਾਮਾਂ ਕਰ ਲਓ ਆਪਸ ਚ मैं 500 तो घट नहीं लेना नहीं नहीं तन्नू भी दाल दे 500 डेढ़ तो ठीक है 150 मैं खुशा विच ना आते मैं पुत्र 150 नहीं 1.5 लाख रुपए की गल कर 1.5 लाख मैं ही करना मैंने 500 चाहिए मैं 500 का सवाल किया 500 चाहिए मैंने तू ना भी 500 दियो ना आहो ये जो 500 ले ले 1.5 लाख रख तू जाना नहीं दुबई ਉੱਥੇ ਤੈਨੂੰ ਖਰਚੇ ਦੀ ਲੋੜ ਨਹੀਂ ਪੈਗੀ ਦੁਬਈ ਐ ਰੱਖੋ ਮੇਰੀ ਫਲਾਈਟ ਹੈ 4 ਦਿਨ ਬਾਅਦ ਮੈਂ 4 ਦਿਨ ਬਾਅਦ ਇੱਥੇ ਜਾਵਾਂਗਾ 4 ਦਿਨ ਮੈਂ ਇੱਥੇ ਰਵਾਂਗਾ ਸਾਲੇ ਮੇਰੇ ਪਿੱਛੇ ਲੱਗੇ ਮੈਨੂੰ ਕਤਲ ਕਰ ਦੇਣਗੇ 4 ਦਿਨ ਮੈਂ ਇੱਥੇ ਰਵਾਂਗਾ ਇੱਥੇ ਰਹੇਗਾ ਇਹ 4 ਦਿਨ ਇੱਥੇ ਰਹੇਗਾ ਕੋ ਅੱਛਾ ਜਿਹਾ 에ਅਰ ਫਰੈਸ਼ਰ ਮੰਗਵਾ ਲਓ ਉਹ ਕਿਉਂ ਅਸਾਂ ਵੀ ਇੱਥੇ ਹੀ ਰਹਿਣਾ ਹੈ ਚਲ ਜਾ ਇਹਨੂੰ ਕਮਰਾ ਵਹਾ ਸੁ ਹਾਂ ਆ ਜਾ ਬਈ ਮੈਂ ਕੁੜੀ ਦਾ ਇੰਟਰਵਿਊ ਲੈ ਲਾਂ हाँ बेटा जी दसो तुसी पढ़े लिखे हो नहीं जी मैं चिट्टी अनपढ़ बहुती चिट्टी अनपढ़ ते लाड़ा काला अनपढ़ चलो कोई नहीं तुहानू पढ़ा लांगे तुसी मैनू पढ़ाओगे पर टीचर मेरे ऐ आउणगे हां हां ए मैनू पढ़ा दियो जी उरा ए दूरो उस्ताद लगदा है ना हां 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 ना मारे नहीं हां तू सुरा नहीं है अच्छा बेटा जी दसो कोई गिद्दा गुद्दा पा लेंदे हो हां जी बिल्कुल पा लेनी है अच्छा गिद्दा गुद्दा पा लेनी है हाँ। ते गद्दा गुद्दा वो घर दे काम कर लेनी है ना हां घर दे सारे काम कर लेनी कोई नहीं सुना लेंगे मेरा ख्याल खबरों का टाइम हो गया है जाओ तो खबर वास्ते कोई और ले आ चलो बेटा जी आओ खबरदार चल अंदर अंदर किधर तू किधर ओ तू चल मैं काला कूला नहीं बैंदा होगा लो जी करेले कोश पका लो तवे तो फुलके ला लो और मरासियो तबले बाजे सजा लो और सेठ मटना ला अपने गोदाम दे ले करके आ गया है पहले इतना कुछ पका छे पहले चूल्हे तेल से पवा लो ओए गरीबा सेठा ना तमीज ना गल कर गरीब ओ गरीबो एक पखा के 8 मंजिया विछिया एक बंदा मिस कॉल मारता हल्के हल्के मैसेज सारे नु जांदे ऐडा ना सेठ हो के ते की बकवास करन दे बकवास आ गरीबा सेठा ना गल करना सेठ मटरा दा आया छेती मेरी मशहूर भला ओए ओए जरा मेरे भरा दे पुत्रा की होया उस्ताद जी अल्लाह माफ करे कोठे ते बम चल गए ओए
ਇਹਦੀ ਮਸ਼ੂਕ ਲਿਆ ਜਿਹੜੀ ਬੂਟੀ ਪੀਂਦੀ ਹੈ। ਬੂਟੀ ਪੀਂਦੀ? ਮੈਂ ਕੋਠੇ ਤੇ ਆਇਆ, ਮਲੰਗਾ ਦੇ ਡੇਰੇ ਤੇ ਆਇਆ। ਉਹ ਪੀਂਦੀ ਹੈ ਨਾ, 12 ਨੰਬਰ ਚੁੰਗੀ ਤੋਂ ਆਈ। ਉਹ ਮੈਂ ਕਹਿੰਦਾ ਗਰੀਬੋ ਛੇਤੀ ਬੁਲਾਓ, ਮੇਰੀ ਮਸ਼ੂਕ ਨੂੰ ਸੇਧ ਮਟਰਾਂ ਦਾ ਆਇਆ। ਉਹ ਭਾਈ ਖਲੋ, ਆਲੂ ਮਟਰਾਂ ਵਾਲਾ। ਓਏ ਆਲੂ ਮਟਰਾਂ ਵਾਲਾ, ਸਬਜ਼ੀ ਦੀ ਦੁਕਾਨ ਤੇ ਖਲੋਤਾ ਤੂੰ? ਸਾਨੂੰ ਵੀ ਕੁਦੂ ਕੋਈ ਲਾ ਤੂੰ? ਓ ਮੈਨੂੰ ਪਤਾ ਗਰੀਬੋ, ਓਏ ਫੜੋ ਖਾਓ ਕੁੱਕੜ। ਹੈਲੋ ਵਾਲੇਕੁਮ ਸਲਾਮ ਪਿਆਰੇ ਬੱਚੋ, ਅੱਜ ਮਸ਼ਕ ਨੰਬਰ 6 ਪੜ੍ਹੇਂਗੇ। ਮੈਂ ਕਿਹਾ ਸ਼ਹਿਜ਼ਾਦੀ ਇਹ ਬੋਲਨੀ ਹੈ ਤੇ ਰਸ ਕੰਨਾ ਚ ਢੋਲਨੀ ਹੈ, ਤੁਰਨੀ ਹੈ ਤੇ ਸ਼ਰਾਬ ਰਖਾ ਚ ਦੌੜਦੀ ਹੈ। ਸਾਡੀ ਯਾਦ ਆ ਗਈ ਹੈ? ਸਾਡੀ ਯਾਦ ਆਈ ਤੇ ਇੱਥੇ ਆਇਆ, ਹੋਰ ਇੱਥੇ ਨਾਦਰਾ ਦੇ ਸ਼ਨਾਖਤੀ ਕਾਰਡ ਬਣਦੇ ਨੇ। ਬੜੇ ਦਿਨਾਂ ਬਾਅਦ ਚੱਕਰ ਲਾਏ। ਉਹ ਮੈਂ ਜ਼ਰਾ ਪਿਛਲੇ ਚੱਕਰ ਪੂਰੇ ਕਰਨ ਲਿਆ ਸਾਂ। ਸਾਡੇ ਭਰਾ ਦੀ ਸਾਈਕਲ ਫਿਰ ਪੈਂਚਰ ਹੋ ਗਈ। ਤੇ ਤੁਹਾਡਾ ਭਰਾ ਕਿਉਂ ਨਹੀਂ ਪੈਂਚਰ ਹੁੰਦਾ? ਭਰਾ ਦੀ ਸਾਈਕਲ ਪੈਂਚਰ ਹੋ ਗਈ ਤੇ ਨਵਾਂ ਟਾਇਰ ਪਵਾ ਦਿੰਦੇ ਆ ਉਹਨੂੰ। ਨਵਾਂ ਟਾਇਰ ਹੀ ਪਵਾਣਾ, ਬਾਜੀ ਨਾਲ ਗੱਲ ਪਹਿਲੇ ਤੁਹਾਡੀਆਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਲਈਏ। ਸੇਠ ਮਟਰਾਂ ਵਾਲਾ ਸਾਹਿਬ, ਹਾਂਜੀ, ਕਿੰਨੇ ਸੋਹਣੇ ਲੱਗ ਰਹੇ ਹੋ ਤੁਸੀਂ। ਹਜੇ ਤੇ ਮੈਂ 10 ਦਿਨ ਹੋਏ ਨਹਾਤਾ ਹੀ ਨਹੀਂ। ਇੱਥੇ ਸਲੂਨਾ ਕਰਨੇ ਆਏ ਸ਼ਹਿਜ਼ਾਦੀਏ, ਕੋਈ ਗਾਣਾ ਸੁਣਾ। ਲੱਗਦੇ ਮਟਰ ਐਤਕੀ ਕਾਫੀ ਮਹਿੰਗੇ ਵਿਕੇ ਨੇ। ਉਹ ਰੁਪਈਏ ਰੁਪਈਏ ਦਾ ਵੇਚੀਏ, ਦਾਣਾ ਸ਼ੁਰੂ ਕਰ ਦਾਣਾ। ਇੰਨਾ ਜ਼ੋਰ ਕਿਉਂ ਲਾ ਰਹੇ ਹੋ? ਜ਼ਾਹਰੀ ਗੱਲ ਹੈ, ਗੋਦਾਮ ਵਿਹਲੇ ਕਰਕੇ ਆਏ ਆ। ਅੱਛਾ, ਹਾਂਜੀ, ਛੇਤੀ ਜੇ ਸ਼ਹਿਜ਼ਾਦੀਏ ਗਾਣਾ ਕੀਤਾ ਕਿ ਸਾਡਾ ਆਪਰੇਸ਼ਨ ਕੀਤਾ ਈ। ਅੱਛਾ ਜੀ, ਆਪਰੇਸ਼ਨ ਤੇ ਆਪਰੇਸ਼ਨ ਦੀ ਫੀਸ ਤੇ ਦੇ ਜਾਓ। ਜੋ ਹੁਕਮ ਐਮ ਐਸ ਸਾਹਿਬ, ਆਰਡਰ ਲਾਓ, ਕਿੰਨੀ ਫੀਸ ਹੈ? ਠੀਕ ਹੈ, ਤੇ ਚੈੱਕ ਚੈੱਕ ਕਰਕੇ ਹੀ ਦੱਸਾਂਗੀ। ਲਓ ਚੈੱਕ ਸਾਡੇ ਕੋਲ ਆ, ਫੜੋ। ਜੇ ਇਜਾਜ਼ਤ ਹੋਵੇ ਤਾਂ ਕਿਸੇ ਠੰਡੇ ਇਲਾਕੇ ਜਾ ਸਕਦੇ। ਵਾਹ ਜੀ ਵਾਹ। ਡਾਕਟਰ ਸਾਹਿਬਾ ਜੀ, ਇਹਨਾਂ ਨੂੰ ਜ਼ਰਾ ਕਿਸੇ ਪਹਾੜੀ ਇਲਾਕੇ 'ਚ ਲੈ ਜਾਓ। ਹਾਂ, ਤੇ ਉੱਥੋਂ ਧੱਕਾ ਦੇ ਦਿਓ, ਹੈਨਾ, ਤਾਂ ਕਿ ਨਵਾਂ ਮਰੀਜ਼ ਆ ਸਕੇ। ਮੇਰੀ ਗੱਲ ਸੁਣੋ, ਅਸੀਂ ਜਾਣਾ ਮਰੀਜ਼, ਸਾਨੂੰ ਇਜਾਜ਼ਤ ਹੈ? ਇਜਾਜ਼ਤ ਹੈ। ਚਲੋ ਜੀ ਚਲੀਏ, ਕੱਪੜੇ ਰਾਹ ਚੋਂ ਲੈ ਲਾਂਗੇ, ਗੋਦਾਮ ਵੇਲੇ ਕਰਕੇ ਆਏ ਆ, ਆਓ ਨਾਲ। ਚਲੋ ਚਲੋ ਬਾਜੀ। ਹਾਂ, ਦੁਆ ਕਰਨਾ ਮੇਰੇ ਲਈ। ਬੇਟਾ ਜਾਂਦੇ ਫੋਨ ਕਰ ਦੇਣਾ। ਅੱਛਾ, ਤੁਹਾਨੂੰ ਫੋਨ ਕਰਦੀ ਹੈ? ਤੁਹਾਡਾ ਨੰਬਰ ਉਹੀ ਹੈ ਨਾ, 09007801।